ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ। ਅੱਜ ਦੇ ਦਿਨ ਹੈ ਜੀ, ਸ਼ੁੱਕਰਵਾਰ ਤੇ ਤਰੀਕ ਹੈ 23 ਅਕਤੂਬਰ, ਸ਼ਾਮ ਦੇ 5:32 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਪੰਜਾਬ ਦੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਸੁਖਪਾਲ ਸਿੰਘ ਬਰਾੜ ਸੁਪਰ ਸਟਾਰ ਪਲੰਬਿੰਗ ਐਂਡ ਹੀਟਿੰਗ ਕੈਲਗਰੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ ਹੈ ਜੀ 403-690-1235। ਇਹ ਹੀਟਿੰਗ, ਗੈਸ ਫਿਟਿੰਗ, ਹਾਟ ਵਾਟਰ ਟੈਂਕ, ਫਾਇਰ ਪਲੇਸ, ਫਰਨਸ ਰਿਪੇਅਰ, ਵਾਟਰ ਸੋਫਟਨਰ, ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਪਲੰਬਿੰਗ ਕਰਦੇ ਨੇ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਜੋ ਟਰੱਕਰ ਵੀਰਾਂ ਨੂੰ ਲੋਕਲ ਵਰਕ ਕੰਮ ਦਿੰਦੀ ਹੈ ਜੀ, ਤੁਸੀਂ ਸੁਬਹਾ ਜਾਓ ਸ਼ਾਮ ਨੂੰ ਘਰੇ, ਸ਼ਾਮ ਨੂੰ ਜਾਓ ਸਵੇਰੇ ਘਰੇ, ਇਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ, ਪੰਜਾਬੀ ਦੇ ਵਿਚ ਡਿਸਪੈਚ ਕਰਦੇ ਨੇ। ਤੁਹਾਡੀ ਸਹੂਲਤ ਲਈ ਹੋਰ ਵੀ ਕਾਫੀ ਸਹੂਲਤਾਂ ਤੁਹਾਨੂੰ ਦਿੰਦੇ ਨੇ, ਇਕ ਵਾਰੀ ਸੰਪਰਕ ਕਰ ਲਓ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ, ਜਾਂ ਫਿਰ ਜਗਦੇਵ ਸਿੰਘ ਸੰਧੂ ਹੋਰਾਂ ਨੂੰ 2532666924 ਤੇ। ਜੇ ਐਂਡ ਐਚ ਐਕਸਪ੍ਰੈਸ ਸੈਟਲ, ਇਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ, ਸੈਟਲ ਦੇ ਵਿਚ ਲੋਕਲ ਵਰਕ ਹੈ ਜੀ। ਇਸੇ ਤਰ੍ਹਾਂ ਹੀ ਤੁਸੀਂ ਸੁਬਹਾ ਜਾਓ ਸ਼ਾਮ ਨੂੰ ਘਰੇ, ਹੋਰ ਵੀ ਕਾਫੀ ਤੁਹਾਨੂੰ ਬੈਨੀਫਿਟਸ ਦਿੰਦੇ ਨੇ। ਮਨਮੋਹਨ ਸਿੰਘ ਧਾਲੀਵਾਲ ਹੋਰਾਂ ਦੇ ਨਾਲ ਸੰਪਰਕ ਕਰ ਲਓ ਜੀ 2065500088 ਦੇ ਉੱਤੇ। ਤੇ ਬੇਕਰਸਫੀਲਡ ਏਰੀਏ ਦੇ ਵਿਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ ਸੰਪਰਕ ਕਰੋ 6611-754-1722 ਤੇ। ਕੁਲਵੰਤ ਸਿੰਘ ਸਿੱਧੂ ਜਾਂ ਸਿੱਧੂ ਟਰੱਕ ਲਾਈਨ ਵਾਲੇ ਨੇ ਬੇਕਰਸਫੀਲਡ ਏਰੀਏ ਦੇ ਵਿਚ, ਉਨ੍ਹਾਂ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਜੀ। ਆਫ ਆਵਰ ਕੰਮ ਕਰਨ ਵਾਲੇ ਕਾਮਿਆਂ ਦੀ ਵੀ ਲੋੜ ਹੈ। ਫੋਨ ਨੰਬਰ ਹੈ ਜੀ 6616671188 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਭ ਤੋਂ ਪਹਿਲਾਂ ਤਾਂ ਆਪਾਂ ਬਠਿੰਡੇ ਦੀ ਉਸ ਦਿਲ ਦਹਿਲਾਊ ਖਬਰ ਤੇ ਗੱਲ ਕਰੀਏ। ਆਪਣੀ ਧੀ ਪੁੱਤ ਤੇ ਪਤਨੀ ਨੂੰ ਗੋਲੀਆਂ ਨਾਲ ਛਲਨੀ ਕਰਕੇ ਪਰਿਵਾਰ ਦੇ ਮੁਖੀ ਨੇ ਖੁਦ ਗੋਲੀ ਮਾਰ ਲਈ, ਕਿਉਂ ਮਾਰੀ, ਕੀ ਕਾਰਨ ਹੋਏ ਜੀ? ਦੇਖੋ ਗੱਲ ਇਹ ਹੈ ਕਿ ਜਿਹੋ ਜਿਹਾ ਆਪਾਂ ਕੰਮ ਕਰਾਂਗੇ ਉਹਦੇ ਨਤੀਜੇ ਭੁਗਤਣੇ ਪੈਣਗੇ ਜੀ। ਚੰਗਾ ਕੰਮ ਕਰਾਂਗੇ, ਲੋਕਾਂ ਦੇ ਵਿਚ ਸ਼ੋਭਾ ਵੱਧਦੀ ਹੈ, ਚਰਚਾ ਹੁੰਦੀ ਹੈ, ਸ਼ਲਾਘਾ ਹੁੰਦੀ ਹੈ ਜੀ। ਮਾੜਾ ਕੰਮ ਕਰਾਂਗੇ, ਮਾੜੇ ਕੰਮ ਦੇ ਮਾੜੇ ਨਤੀਜੇ ਜੀ। ਬਾਬੇ ਨੇ ਵੀ ਕਿਹਾ, ਮੰਦੇ ਕਰਮੀ ਨਾਨਕਾ ਜਦ ਕਦਮ ਦਾ ਹੋਏ ਜੀ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਲੁੱਟਾਂਗੇ ਤੇ ਆਪਣਾ ਜਿਹੜਾ ਤਬਾਹੀ ਦਾ ਵੀ ਰਾਹ ਸਾਫ਼ ਕਰਾਂਗੇ ਜੀ। ਅਸਲ ਦੇ ਵਿਚ ਸਾਡੀ ਇਹ ਬਦਕਿਸਮਤੀ ਹੈ ਕਿ ਸਾਡੇ ਲੋਕ ਸੁਚੇਤ ਨਹੀਂ ਹੈ ਕਿ ਅਸੀਂ ਜਾ ਕਿਹੜੇ ਪਾਸੇ ਨੂੰ ਪਏ। ਪਿਛਲੇ ਬਹੁਤ ਅਰਸੇ ਤੋਂ ਪੰਜਾਬ ਦੇ ਵਿਚ ਚਿੱਟ ਫੰਡ ਕੰਪਨੀਆਂ ਵਾਲੇ ਵੱਡੇ ਵੱਡੇ ਚੋਰ ਡਾਕੂ ਹੈ ਜਿਹੜੇ, ਉਹ ਸਰਗਰਮ ਹੈ ਜੀ। ਬਿਲਕੁਲ, ਉਹਨਾਂ ਚੋਰਾਂ ਡਾਕੂਆਂ ਨੇ ਬਹੁਤ ਘਰ ਤਬਾਹ ਕੀਤੇ ਹੈ, ਬਰਨਾਲੇ ਦੇ ਇਲਾਕੇ ਦੇ ਵਿਚ ਕਈ ਲੋਕਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ। ਕਈ ਲੋਕ ਅਜਿਹੇ ਹੈ ਜਿਹੜੇ ਖੁਦਕੁਸ਼ੀਆਂ ਤਾਂ ਨਹੀਂ ਕੀਤੀਆਂ ਲੇਕਿਨ ਮੌਤ ਤੋਂ ਵੀ ਭੈੜੇ ਹੋ ਗਏ ਹਾਂਜੀ, ਕਿ ਕੋਲੇ ਰਿਹਾ ਕੱਖ ਨੀ, ਜ਼ਮੀਨਾਂ ਜਾਇਦਾਦਾਂ ਵੇਚ ਕੇ ਸਾਰੀਆਂ ਇਨ੍ਹਾਂ ਠੱਗਾਂ ਦੇ ਕਾਰੋਬਾਰ ਚਲਾ ਦਿੱਤਾ ਜੀ। ਔਰ ਉਹਨਾਂ ਠੱਗਾਂ ਦੇ ਜਿਹੜੇ ਹੈਗੇ ਸਿਰਮੌਰ ਜੀ, ਉਹਨਾਂ ਨੇ ਅਗਾਂਹ ਬੇਰੁਜ਼ਗਾਰਾਂ ਨੂੰ ਆਪਣੇ ਜਾਲ ਦੇ ਵਿਚ ਫਸਾਇਆ ਹੋਇਆ, ਉਹਨਾਂ ਨੂੰ ਟ੍ਰੇਨਡ ਕਰਦੇ, ਉਹਨਾਂ ਨੂੰ ਜਾ ਕੇ ਦੱਸਦੇ ਕਿ ਤੁਸੀਂ ਭਾਈ ਲੋਕਾਂ ਨੂੰ ਕਨਵਿੰਸ ਕਰਨਾ, ਉਹਨਾਂ ਨੂੰ ਇਹ ਦੱਸਣਾ ਕਿ ਤੁਹਾਡੀ ਕਿਸੇ ਵੀ ਤਰੀਕੇ ਦੀ ਕਮਾਈ ਉਨੀ ਨਹੀਂ ਹੋ ਸਕਦੀ ਜਿਵੇਂ ਕਰਾ ਦਿੰਦੇ। ਆਪਣੇ ਕੋਲੇ ਇੱਕ ਮਿਸਾਲ ਹੈ ਜੀ, ਪੂਲਾ ਪਿੰਡ ਦੀ। ਪੂਲੇ ਤੋਂ ਇੱਕ ਮੁੰਡਾ ਪੱਤਰਕਾਰ ਹੈ, ਛੋਟਾ ਪੱਤਰਕਾਰ ਸੀ ਵਿਚਾਰਾ, ਥੋੜੀ ਜ਼ਮੀਨ ਸੀ ਜੀ, ਉਹਨਾਂ ਦਾ ਵੀ ਬਾ ਇਹੋ ਜਿਹੇ ਠੱਗਾਂ ਨਾਲ ਪਿਆ ਗਿਆ ਸੀ। ਔਰ ਉਹਦੀ ਜ਼ਮੀਨ ਬਕਵਾ ਕੇ, ਸਾਰੀ ਦੀ ਸਾਰੀ ਜ਼ਮੀਨ ਬਕਵਾ ਕੇ ਪੈਸਾ ਲਾਤਾ ਸੀ, ਵਿਚਲਵਾਤਾ ਸੀ, ਇੱਕ ਉਹਨੂੰ ਕਾਰ ਦਿੱਤੀ ਸੀ, ਲੇਕਿਨ ਉਹਨਾਂ ਦੇ ਹੱਥ ਪੱਲੇ ਕੱਖ ਨੀ ਪਿਆ। ਪੁਲਿਸ ਕੋਲੇ ਗਿਆ, ਕੇਸ ਰਜਿਸਟਰ ਕਰਵਾਤਾ। ਕੇਸ ਰਜਿਸਟਰ ਕਰਵਾਉਣ ਵਾਸਤੇ ਬਾਅਦ ਦੇ ਵਿਚ ਹਾਲਾਤ ਪੁਲਿਸ ਦੇ ਇਹੋ ਜਿਹੇ ਹੁੰਦੇ ਹੈ, ਅਫਸਰ ਵੀ ਨਾਲ ਹੀ ਮਿਲ ਗਏ, ਇਹਨੂੰ ਫਲਾਨੇ ਕੇਸ ਨਾਲ ਜੋੜ ਦਿਓ, ਉਹਨੂੰ ਧਿਮਕੇ ਕੇਸ ਦੇ ਨਾਲ ਜੋੜ ਦਿਓ, ਕਿਉਂਕਿ ਉਹਨਾਂ ਅਫਸਰਾਂ ਦੇ ਵੀ ਜਿਹੜੇ ਹੈਗੇ ਢਿੱਡਾਂ ਦੇ ਵਿਚ ਲੋਕਾਂ ਦਾ ਲਹੂ ਗਿਆ ਸੀ। ਔਰ ਉਹ ਬੰਦਾ ਠੰਡ ਠੰਡ ਗੋਪਾਲ ਕਰਦਾ ਫਿਰਦਾ ਹੈ ਵਿਚਾਰਾ, ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਵੀ ਅੱਤ ਦਰਜੇ ਦੀ ਜਿਹੜੀ ਮੰਦੀ ਹਾਲਤ ਦੇ ਵਿਚ ਜਿਉਂ ਰਿਹਾ। ਜੇ ਹੋਰ ਅਸੀਂ ਦੇਖੀਏ ਤਾਂ ਕਿੰਨੇ ਲੋਕ ਹੈ ਜਿਹੜੇ ਚਿੱਟ ਫੰਡ ਕੰਪਨੀਆਂ ਦੇ ਵਿਚ ਵੀ ਬਣ ਗਏ ਜੀ,
ਇਹਨਾਂ ਦੇ ਵਿਚ ਕਮਾਈ ਕਰਨ ਵਾਲੇ ਐਮ ਐਲ ਏ ਵੀ ਬਣ ਗਏ, ਇਹਨਾਂ ਦੇ ਵਿਚ ਕਮਾਈ ਕਰਨ ਵਾਲੇ ਵਜ਼ੀਰ ਵੀ ਬਣ ਗਏ, ਔਰ ਕਈ ਪੱਤਰਕਾਰਾਂ ਦਾ ਵੀ ਜਿਹੜਾ ਹੈਗਾ ਘਰ ਪੂਰਾ ਇਹ ਚਿੱਟ ਫੰਡ ਕੰਪਨੀਆਂ ਵਾਲੇ ਕਰਦੇ ਆ ਜੀ। ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਕਹਾਉਣ ਵਾਲੇ ਕਹਿੰਦੇ ਹੁੰਦੇ ਕਿ ਜਦੋਂ ਲਿਖਦੇ ਆ ਤੇ ਧਰਤੀ ਹੱਲਣ ਲੱਗ ਜਾਂਦੀ ਹੈ ਜੀ। ਉਹ ਧਰਤੀ ਹੱਲਣ ਵਾਲਿਆਂ ਨੇ ਪਤਾ ਨੀ ਕਿੰਨੇ ਕਿਤੇ ਘਰ ਹਿਲਾਏ ਆ, ਕਿੰਨੇ ਕ ਲੋਕ ਜਿਹੜੇ ਵਿਹੜਾ ਗਰਕ ਕਰਵਾਏ ਆ, ਕਿਉਂਕਿ ਪੈਰਵਾਈ ਚ ਉਹ ਆ ਜਾਂਦੇ ਜੀ। ਮੇਰਾ ਖਿਆਲ ਆ ਤੁਸੀਂ ਚਸ਼ਮਦੀਦ ਗਵਾਹ ਹੋ, ਇੱਕ ਤੁਹਾਡਾ ਹੀ ਜਮਾਤੀ ਸੀ ਕੋਈ ਪੁਲਿਸ ਅਫਸਰ ਜਿਹੜਾ ਆਪਣੇ ਆਪ ਨੂੰ ਬਾਬੇ ਨਾਨਕ ਦਾ ਸਭ ਤੋਂ ਵੱਡਾ ਭਗਤ ਸਮਝਦਾ ਸੀ, ਉਹਦੇ ਕੋਲ ਤੁਸੀਂ ਦੇਖਿਆ ਹੋਣਾ ਵੀ ਇੱਕ ਠੱਗ ਨੂੰ ਇੱਕ ਪੱਤਰਕਾਰ ਲਈ ਬੈਠਾ ਸੀ ਜੀ। ਤੁਸੀਂ ਆਪ ਹੀ ਮੌਕੇ ਤੇ ਗਏ ਸੀ, ਬਾਅਦ ਦੇ ਵਿਚ ਮੈਨੂੰ ਦੱਸਿਆ ਸੀ, ਇੱਥੋਂ ਪਤਾ ਲੱਗਦਾ ਕਿ ਗੱਲ ਕਿੱਥੋਂ ਤੱਕ ਹੈ। ਹਾਂਜੀ ਹਾਂਜੀ, ਜਾਣਕਾਰੀ ਇੱਥੋਂ ਦੀ, ਇੱਕ ਅੰਗਰੇਜ਼ੀ ਅਖਬਾਰ ਦੇ ਉਤਸ਼ਾਹੀ ਪੱਤਰਕਾਰ ਦੇ ਚਿੱਟ ਫੰਡ ਕੰਪਨੀਆਂ ਦੇ ਖਿਲਾਫ਼ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ ਸੀ, ਉਹਨੂੰ ਵੀ ਮਤਲਬ ਉਹਦੇ ਜਿਹੜੇ ਹੈਗੇ ਆ ਭਾਈਵਾਲ ਪੱਤਰਕਾਰਾਂ ਨੇ ਅਪਰੋਚ ਕੀਤਾ ਸੀ ਕਿ ਬੰਦੇ ਆਪਣੇ ਥੋੜਾ ਜਾ ਠੰਡਾ ਚੱਲ, ਇਹ ਕੰਮ ਨਾ ਕਰ। ਇਹੋ ਜਿਹੇ ਹਾਲਾਤਾਂ ਦੇ ਵਿਚ ਜਦੋਂ ਬੰਦੇ ਫਸ ਜਾਂਦੇ ਆ, ਰਾਤੋ ਰਾਤ ਅਮੀਰ ਹੋਣ ਦੀਆਂ ਗੱਲਾਂ ਕਰ ਜਾਂਦੇ ਆ, ਜਦੋਂ ਉਹਨਾਂ ਨੂੰ ਦਿਖਾਇਆ ਜਾਂਦਾ ਆਪਣੇ ਵੱਡੇ ਵੱਡੇ ਹੋਟਲ ਦਿਖਾਉਂਦੇ ਆ, ਕਦੇ ਦੁਬਈ ਲੈ ਗਏ, ਕਦੇ ਬੰਬਈ ਲੈ ਗਏ, ਕਦੇ ਕਿਤੇ ਲੈ ਗਏ, ਕਦੇ ਕਿਤੇ ਲੈ ਗਏ, ਉਹ ਵੀ ਫਿਰ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੇ। ਇਹ ਜਿਹੜੀ ਵਾਰਦਾਤ ਕੱਲ ਹੋਈ ਹੈ, ਇਹ ਵਾਰਦਾਤ ਦਾ ਵੀ ਜੇ ਆਪਾਂ ਦੇਖੀਏ ਪਿਛੋਕੜ ਉਹਦੇ ਨਾਲ ਹੀ ਜੁੜਦਾ। ਜਿਹੜੇ ਇੱਥੇ ਚਿੱਟ ਫੰਡ ਕੰਪਨੀ ਵਾਲੇ ਸਰਗਰਮ ਸੀ, ਉਹਨਾਂ ਦਾ ਭਾਈਵਾਲ ਇਹ ਦਵਿੰਦਰ ਵੀ ਸੀਗਾ। ਦੱਸਦੇ ਵੀ ਦਵਿੰਦਰ ਵੀ ਉਹਨਾਂ ਦੇ ਜਿਹੜੇ ਹੁਲਾਰੇ ਆ ਉਹਨਾਂ ਦੇ ਵਿਚ ਆ ਗਿਆ, ਕੋਠੀ ਬਹੁਤ ਵੱਡੀ ਪਾ ਲਈ ਸੀ, ਕਹਿੰਦੇ ਸਵਿਮਿੰਗ ਪੂਲ ਵੀ ਉੱਤੇ ਹੁੰਦਾ ਸੀ, ਲੇਕਿਨ ਜਿਨ੍ਹਾਂ ਲੋਕਾਂ ਤੋਂ ਪੈਸੇ ਫੜ ਕੇ ਲਵਾਏ ਸੀ ਉਹਨਾਂ ਨੂੰ ਪੈਸੇ ਨਾ ਮਿਲੇ ਤਾਂ ਬੰਦਿਆਂ ਨੇ ਖਿੱਚੂ ਕਰਨੀ ਹੁੰਦੀ ਹੈ, ਬੰਦੇ ਅਰੋਲਾ ਰੱਪਾ ਵੀ ਪਾਉਂਦੇ ਆ, ਖੇ ਖਰਾਬ ਵੀ ਕਰਦੇ ਆ, ਅਰਜ਼ੀ ਪਰਚੇ ਵੀ ਪਾਉਂਦੇ ਆ, ਔਰ ਫਿਰ ਇਹਨੂੰ ਆਪਣੀ ਜਾਇਦਾਦ ਵੀ ਵੇਚਣੀ ਪੈ ਗਈ ਸੀ। ਜਾਇਦਾਦ ਪੈ ਵੇਚ ਕੇ ਸ਼ਾਇਦ ਨੇ ਆਪ ਵੀ ਪੈਸਾ ਵਗੈਰਾ ਲਾਇਆ ਹੋਵੇ, ਉਹ ਵੀ ਡੁੱਬ ਗਿਆ ਸੀ। ਹੁਣ ਜਿਹੜਾ ਬੰਦਾ ਸਵਿਮਿੰਗ ਪੂਲ ਆਪਣੀ ਕੋਠੀ ਦੇ ਉੱਤੇ ਬਣਾਉਂਦਾ ਹੈ, ਉਹਦੀ ਹਾਲਤ ਇੰਨੀ ਮਾੜੀ ਹੋ ਜਾਏ ਕਿ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗ ਜਾਏ, ਔਰ ਜਿਹਨਾਂ ਲੋਕਾਂ ਦੇ ਪੈਸੇ ਲੱਗੇ ਸੀ ਸੁਬਹ ਸ਼ਾਮ ਜਦੋਂ ਉਹ ਆ ਕੇ ਤੰਗ ਕਰਦੇ ਸੀ ਕਿ ਪੈਸੇ ਮੋੜ ਭਾਈ ਨੀ ਟੱਬੇ, ਪਤਾ ਨੀ ਤੈਨੂੰ ਕੀ ਕਰ, ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪਊ, ਅਸੀਂ ਆਪੇ ਨਾਲ ਹਿਸਾਬ ਕਿਤਾਬ ਚੁਕਤਾ ਕਰਾਂਗੇ, ਤੇ ਕੱਲ ਫਿਰ ਇਹਨੇ ਆਪਣੇ ਧੀ ਪੁੱਤ ਤੇ ਘਰ ਵਾਲੀ ਨੂੰ ਕਤਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ, ਸਾਰਾ ਕੁਛ ਤਬਾਹ ਹੋ ਗਿਆ, ਬਰਬਾਦ ਹੋ ਗਿਆ। ਦੱਸਿਆ ਜਾਂਦਾ ਕਹਿੰਦੇ ਵੀ ਉਹਨੇ ਇੱਕ ਸੁਸਾਈਡ ਨੋਟ ਵੀ ਛੱਡਿਆ, 9 ਬੰਦਿਆਂ ਦੇ ਉਹਦੇ ਵਿਚ ਨਾਂ ਲਿਖੇ ਹੈ, ਕਹਿੰਦੇ ਕਿ ਉਹਨਾਂ 9 ਬੰਦਿਆਂ ਦੇ ਵਿਚ ਕੁਝ ਪੋਲੀਟੀਕਲ ਲੋਕ ਵੀ ਹੈ, ਸਥਾਨਕ ਛੋਟੇ ਮੋਟੇ ਲੀਡਰ ਹੈ, ਛੋਟੇ ਮੋਟੇ ਹੁੰਦੇ ਆ, ਕਿਉਂਕਿ ਛੋਟੇ ਮੋਟੇ ਲੋਕਾਂ ਨੂੰ ਵੀ ਹੁੰਦਾ ਕਿ ਜੇ ਪੈਸਾ ਹੋਊਗਾ ਵੱਡੀ ਗੱਡੀ ਹੋਊਗੀ, ਸ਼ਾਇਦ ਕੋਈ ਟਿਕਟ ਵੀ ਮਿਲ ਜੇ, ਉਹ ਟਿਕਟਾਂ ਲੈਣ ਵਾਲੇ ਵੀ ਹੁੰਦੇ ਆ, ਕਈ ਇਹ ਹੁੰਦੇ ਵੀ ਲੀਡਰਾਂ ਦੇ ਮਗਰ ਤੁਰਨਾ ਫਿਰਨਾ, ਉਹਨਾਂ ਦੇ ਵੀ 4 ਰੁਪਏ ਖਰਚ ਆਉਂਦੇ ਆ, ਉਹਨਾਂ ਦਾ ਵੀ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਹੁੰਦਾ, ਉਦੋਂ ਫਿਰ ਸੋਚਦੇ ਆ ਕਿ ਖੇਤੀਬਾੜੀ ਚ ਤਾਂ ਕੁਛ ਨਿਕਲਦਾ ਨੀ, ਆਪਾਂ ਇੱਥੇ ਪੈਸੇ ਲਾ ਦਈਏ। ਔਰ ਦਰਮਿਆਨ ਸਭ ਤੁਹਾਡੇ ਵੀ ਧਿਆਨ ਚ ਹੋਣਾ, ਮੇਰੇ ਵੀ ਧਿਆਨ ਚ ਹੈਗਾ, ਠੰਡੇ ਸ਼ਹਿਰ ਦੇ ਜਿਹੜੇ ਖਾਂਦੇ ਪੀਂਦੇ ਲੋਕ ਸੀ ਵੱਡੇ ਵੱਡੇ ਲੋਕ, ਉਹਨਾਂ ਨੇ ਵੀ ਪੈਸੇ ਲਾਏ ਸੀ, ਬਿਲਕੁਲ, ਉਹਨਾਂ ਦੇ ਪੈਸੇ ਜਿਹੜੇ ਵਾਪਸ ਵੀ ਕਰਤੇ ਸੀ, ਪਰ ਉਹਨਾਂ ਨੂੰ ਦੇਖਦੇ ਕਿਹੜੇ ਗਰੀਬ ਲੋਕ ਹੋਰ ਬਾਂਝੇ ਗਏ, ਉਹਨਾਂ ਦਾ ਪਤਾ ਨੀ ਕਿੰਨਾ ਕਹਿ, ਇਹਦਾ ਬੇਤਹਾ ਜੀ, ਬੇਤਹਾ, ਬਿਲਕੁਲ ਬਿਲਕੁਲ। ਆ ਜਿਹੜੇ ਹੈਗੇ ਪਰਲ ਵਾਲਿਆਂ ਦੇ ਚਿੱਟ ਫੰਡ ਵਾਲਿਆਂ ਦਾ ਆਪਾਂ ਦੇਖਿਆ ਹੀ ਹੈ ਕਿ ਪਰਲ ਵਾਲਿਆਂ ਦੀ ਕੀ ਹਾਲਤ ਹੈ, ਜਿਹਨਾਂ ਲੋਕਾਂ ਨੇ ਪੈਸੇ ਲਾਏ ਉਹ ਧਰਨੇ ਮਾਰਦੇ ਫਿਰਦੇ ਹੈ, ਪਰਲ ਦਾ ਮਾਲਕ ਹੈ ਜਿਹਦਾ ਨਿਰਮਲ ਭੰਗੂ ਪਰਚਾ ਭਾਵੇਂ ਉਹਦੇ ਤੇ ਹੋ ਗਿਆ, ਪਰ ਉਹ ਕਰਦਾ ਤਾਂ ਐਸੀ ਫਿਰਦਾ ਜੀ, ਕਾਗਜ਼ੀ ਪੱਤਰੀ ਨੂੰ ਜੇਲ੍ਹ ਦੇ ਵਿਚ ਰੱਖਿਆ ਹੋਇਆ, ਲੇਕਿਨ ਜਿਹੜਾ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਹੈ, ਉਸ ਲੁੱਟੇ ਹੋਏ ਪੈਸੇ ਦੀ ਵਜ੍ਹਾ ਕਾਰਨ ਉਹ 5 ਸਟਾਰ ਹੋਟਲਾਂ ਵਰਗੇ ਜਿਹੜੇ ਹਸਪਤਾਲ ਹੈ ਉਹਨਾਂ ਦੇ ਵਿਚ ਜਾ ਕੇ ਪਿਆ ਰਹਿੰਦਾ ਹੈ, ਕਹਿੰਦੇ ਜੀ ਕਿਡਨੀ ਖਰਾਬ ਹੋ ਗਈ, ਕਦੇ ਕੁਛ ਹੋ ਗਿਆ, ਇੰਨਾ ਲੰਬਾ ਲੰਬਾ ਸਮਾਂ ਕਿਡਨੀ ਕਿਸੇ ਬੰਦੇ ਦੀ ਖਰਾਬ ਰਹੇ, ਮੈਂ ਤਾਂ ਅੱਜ ਤੱਕ ਜਿਉਂਦਾ ਦੇਖਿਆ ਨੀ, ਪਰ ਕਿਉਂਕਿ ਫਿਰ ਉਹ ਬਹਾਨਾ ਬਣਾ ਲੈਂਦੇ ਜੀ ਇਹ ਬਿਮਾਰ ਹੈ। ਸੋ ਇਸ ਕਿਸਮ ਦੇ ਜਿਹੜੇ ਬੰਦੇ ਕੰਮ ਕਰਦੇ ਜੀ, ਉਹਨਾਂ ਦਾ ਅੰਤ ਇਹੀ ਹੁੰਦਾ ਹੈ। ਅਫਸੋਸ ਇਸ ਗੱਲ ਦਾ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਫੁੱਲਾਂ ਵਰਗੇ, ਔਰ ਜਿਹੜੀ ਉਹਦੀ ਵਾਈਫ ਆ ਉਹਨਾਂ ਵਿਚਾਰਿਆ ਉਹਨਾਂ ਦਾ ਤਾਂ ਕਸੂਰ ਕੀ ਸੀ ਜੀ, ਉਹਨਾਂ ਨੇ ਤਾਂ ਸਿਰਫ ਉਹਦੇ ਵੱਲੋਂ ਜਿਹੜੀ ਕੀਤੀ ਹੋਈ ਜਾਂ ਕਿਸੇ ਦੇ ਮਗਰ ਲੱਗ ਕੇ ਜਿਹੜੀ ਉਹਨੇ ਕਾਰਵਾਈ ਕੀਤੀ ਹੈ, ਉਹਨਾਂ ਦਾ ਸਿਲਾਈ ਭੁਗਤਣਾ ਪਿਆ, ਤੇ ਉਹਨਾਂ ਦੇ ਮਾਪਿਆਂ ਦੇ ਨਾਲ ਜਿਹੜੇ ਜਿਹੜੀ ਵਿਚਾਰੀ ਮਰ ਗਈ, ਉਹਦੇ ਘਰ ਵਾਲੀ ਜ਼ਰੂਰ ਹਮਦਰਦੀ ਹੈ, ਹਮਦਰਦੀ ਤਾਂ ਇਹਦੇ ਨਾਲ ਵੀ ਹੈ, ਪਰ ਕਈ ਵਾਰੀ ਪਤਾ ਕੀ ਹੁੰਦਾ ਕਿ ਅਸੀਂ ਜਿੰਨੇ ਮਰਜ਼ੀ ਸਿਆਣੇ ਹੋਈ, ਹਾਂਜੀ ਹਾਂਜੀ, ਅਸੀਂ ਗੱਲ ਦੀ ਤਹਿ ਤੱਕ ਨੀ ਜਾਂਦੇ ਕਿ ਜਿਹੜੇ ਆ ਲਾਲਚੀ ਲੋਕ ਸਾਨੂੰ ਇਹ ਕਹਿੰਦੇ ਕਿ ਤੁਹਾਨੂੰ ਇੱਕ ਹਾਂਜੀ ਸ਼ੇਰਪੁਰ ਕੋਲੇ ਇੱਕ ਗੁਰਦੁਆਰੇ ਚ ਹੀ ਬੈਠਾ ਲਓ, ਉੱਥੇ ਵੀ ਲੋਕ ਪੈਸੇ ਦੇਈ ਜਾਂਦੇ, ਨਾਲੇ ਲੋਕ ਸਮਝਾਈ ਜਾਂਦੇ ਆ, ਹੁਣ ਉਹ ਗੁਰਦੁਆਰੇ ਚ ਬੈਠਾ ਹੀ ਕਹਿੰਦਾ ਜੀ 10 ਰੁਪਏ ਦਿਓ ਤੇ 100 ਲੈ ਜਾਓ, ਦੱਸੋ ਜੇ ਹੁਣ 10 ਰੁਪਏ ਦੇ ਮਗਰ 100 ਦਿੰਦਾ ਤੇ ਉਹ ਇਹ ਤਾਂ ਸੋਚਣ ਚਾਹੀਦਾ ਨਾ
ਜਿਹਨੇ ਜਿਹੜਾ 10 ਰੁਪਏ ਲਾਊਗਾ ਤੇ ਉਹਨੂੰ 100 ਮਿਲੂਗਾ, ਜੇ ਉਹ 90 ਰੁਪਏ ਕਿਹਦੀ ਜੇਬ ਚੋਂ ਕੱਢੇ ਹੈ, ਉਹ ਕਿਸੇ ਦੀ ਜੇਬ ਚੋਂ ਤਾਂ ਨਿਕਲੇ ਹੋਣਗੇ ਜੀ। ਉਹਦੇ ਪਾਸ ਉਧਰ ਨਿਗਾਹ ਮਾਰੋ ਨਾ, ਉਧਰ ਨਿਗਾਹ ਮਾਰ ਕੇ ਤੁਸੀਂ ਫਿਰ ਫੈਸਲਾ ਕਰੋ। ਮੈਨੂੰ ਤਾਂ ਬਾਬੇ ਨਾਨਕ ਦੀ ਗੱਲ ਆਉਂਦੀ ਹੈ ਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਵੇ। ਇਹ ਜਿਹੜਾ ਬੰਦਾ ਇਹ ਜੇ ਕੰਮਾਂ ਚ ਪੈਂਦਾ ਜੀ, ਉਹਨੂੰ ਫਿਰ ਇਹਨਾਂ ਹਾਲਾਤਾਂ ਸਾਹਮਣਾ ਕਰਨਾ ਪੈਂਦਾ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇੱਥੇ ਲੋਕਾਂ ਦੇ ਤੁਸੀਂ ਕਹਿੰਦੇ ਨਾ ਸਵਿਮਿੰਗ ਪੂਲ ਬਣਾਏ, ਆਪਣੇ ਬਠਿੰਡੇ ਚ ਹੀ 4-5 ਜਣਿਆਂ ਨੇ ਸਵਿਮਿੰਗ ਪੂਲ ਬਣਾਏ ਸੀ, ਕੋਲੇ ਮੋਟਰਸਾਈਕਲ ਸੀ ਤੇ ਵੱਡੀਆਂ ਵੱਡੀਆਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਸੀ। ਚਪੜਾਸੀ ਜਿੰਨੇ ਜਿਹੜੇ ਚਪੜਾਸੀ ਲੱਗੇ ਹੁੰਦੇ ਸੀ, ਚਪੜਾਸੀ ਸੀ, ਉਹਨਾਂ ਦੇ ਵਿੱਚੋਂ ਇੱਕ ਆਪਣੇ ਆਪ ਨੂੰ ਪੱਤਰਕਾਰਤਾ ਨੂੰ ਮੂੰਹ ਮਾਰਦਾ ਸੀ ਜੀ। ਯਾਦ ਆ ਪ੍ਰੈਸ ਕਲੱਬ ਦੇ ਵਿੱਚ ਆਪਾਂ ਬੈਠੇ ਸੀ ਸਾਰੇ, ਉਹ ਇੱਕ ਸੀਨੀਅਰ ਪੱਤਰਕਾਰ ਨੂੰ, ਉਮਰ ਦੇ ਲਿਹਾਜ਼ ਨਾਲ ਸੀਨੀਅਰ ਹੈ, ਉਹਨੂੰ ਕਹਿ ਰਿਹਾ ਸੀ ਤੇਰੇ ਵਰਗੇ ਬੰਦੇ ਨੂੰ ਤਾਂ ਮੈਂ ਹੀ ਰੁਜ਼ਗਾਰ ਦੇਣਾ, ਰੁਜ਼ਗਾਰ ਦੇ ਦਿਆ ਕਰੂੰਗਾ ਤੈਨੂੰ। ਅਖਬਾਰ ਨੇ ਕੱਢਤਾ ਤੇ ਮੈਂ ਹੀ ਅਖਬਾਰ ਕੱਢਣਾ। ਅਖਬਾਰ ਕੱਢੇ ਵੀ ਸੀ ਅਗਲੇ, ਕੱਢਿਆ ਸੀ ਅਖਬਾਰ, ਕੱਢੇ ਵੀ ਸੀ। ਔਰ ਉਹਨਾਂ ਦੀ ਹਾਲਤ ਤੁਸੀਂ ਦੇਖੋ ਕੀ ਹੈ ਕਿ ਚਪੜਾਸੀ ਲੈਵਲ ਦੇ ਬੰਦੇ ਜਿਹੜੇ ਹੈਗੇ, 4-4, 5-5 ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਹੋਟਲ ਬਣਾਈ ਬੈਠੇ ਹੈ, ਕੁੱਲੂ ਮਨਾਲੀ ਤੱਕ ਹੋਟਲ ਬਣਾਈ ਬੈਠੇ ਹੈ। ਸਵਾਲ ਇਹ ਪੈਦਾ ਹੁੰਦਾ ਕਿ ਈਡੀ ਵਾਲੇ ਆ ਜਿਹੜੇ ਹੈਗੇ ਇਨਕਮ ਟੈਕਸ ਵਾਲੇ, ਇਹ ਕਿੱਧਰ ਗਏ? ਜੇ ਕੋਈ ਆਮ ਮਾੜਾ ਮੋਟਾ ਨਿੱਕਾ ਮੋਟਾ ਕੰਮ ਕਰ ਲਏ ਉਹਦੇ ਗੱਲ ਦੇ ਵਿੱਚ ਸਾਫਾ ਪਾ ਲੈਂਦੇ ਹੈ, ਲੇਕਿਨ ਜਿਹੜੇ ਇਹੋ ਜਿਹੇ ਲੋਕ ਹੈ ਉਹਨਾਂ ਨੂੰ ਕੋਈ ਨਾ ਬਲਕਿ ਝਾਕਦਾ ਨੀ, ਝਾਕਦਾ ਇਸ ਕਰਕੇ ਨੀ ਕਿਉਂਕਿ ਉਹ ਜਿਵੇਂ ਕਹਿੰਦੇ ਹੁੰਦੇ ਵੀ ਟੁੱਕ ਦੀ ਬੁਰਕੀ ਉੱਥੋਂ ਵੀ ਮਿਲਦੀ ਹੈ, ਉਹ ਜਿਹੜੀ ਟੁੱਕ ਦੀ ਬੁਰਕੀ ਮਿਲਦੀ ਹੈ ਉਹ ਇਹਨਾਂ ਨੂੰ ਬੋਲਣ ਨੀ ਦਿੰਦੀ। ਇਹ ਸਾਰਾ ਰਲ ਕੇ ਚੱਲਦਾ, ਠੱਗੀ ਦਾ ਸਮਾਨ ਐਵੇਂ ਨੀ। ਵੱਡੇ ਵੱਡੇ ਪੁਲਿਸ ਅਫਸਰ ਉਹਨਾਂ ਚੋਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਉਹਨਾਂ ਦੇ ਵਿੱਚੋਂ ਇੱਕ ਪੁਲਿਸ ਅਫਸਰ ਤਾਂ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਜਿਹੜੀ ਹੈਗੀ ਹੈ ਪੈਰਵੀ ਕਰ ਰਿਹਾ ਜੀ। ਜਿਹੜਾ ਅਫਸਰ ਇੱਥੇ ਬਠਿੰਡੇ ਚਿੱਟ ਫੰਡ ਕੰਪਨੀ ਵਾਲਿਆਂ ਨੂੰ ਬਚਾਉਂਦਾ ਰਿਹਾ ਜੀ। ਬਿਲਕੁਲ ਜੀ। ਤੇ ਹੁਣ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਦਲਿਤ ਦਲਿਤਾਂ ਲਈ ਜੋ ਇੱਕ ਮੋਹ ਜਾਗਿਆ, ਇਨਸਾਫ ਯਾਤਰਾ ਕੱਢਣ ਲੱਗੇ ਸੀ, ਜਲੰਧਰ ਚ ਰੋਕ ਦਿੱਤਾ ਗਿਆ ਸੀ। ਦੇਖੋ ਗੱਲ ਹੈ ਕਿ ਦਲਿਤਾਂ ਨਾਲ ਜਾਂ ਜਨਤਾ ਵਿਚਾਰੀ ਦੇ ਨਾਲ ਕਿਸੇ ਨੂੰ ਕੋਈ ਮੋਹ ਨਹੀਂ, ਮੋਹ ਤਾਂ ਸਿਰਫ ਸੱਤਾ ਨਾਲ ਹੈ ਕਿ ਸੱਤਾ ਕਿਵੇਂ ਹਾਸਲ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਹੁਤ ਛੋਟੀ ਪਾਰਟੀ ਹੈ, ਆਪਣੇ ਬਲਬੂਤੇ ਜੇ ਇੱਕ ਅੱਧੀ ਸੀਟ ਜਿੱਤ ਲਵੇ ਤਾਂ ਉਹਨਾਂ ਵਾਸਤੇ ਗਨੀਮਤ ਹੈ। ਮੇਰੇ ਨੀ ਖਿਆਲ ਵੀ ਉਹ ਇੱਕ ਅੱਧੀ ਸੀਟ ਵੀ ਜਿੱਤ ਸਕਦੇ ਹੈ। ਹਾਂ, ਜਦੋਂ ਅਕਾਲੀ ਦਲ ਦੇ ਨਾਲ ਉਹਨਾਂ ਦਾ ਸਮਝੌਤਾ ਹੁੰਦਾ ਉਦੋਂ ਜ਼ਰੂਰ ਉਹ ਜੇ ਉਹਨਾਂ ਦੀ ਚੜਾਈ ਹੁੰਦੀ ਹੈ ਤੇ 20-22 ਸੀਟਾਂ ਜਿੱਤ ਲੈਂਦੇ ਹੈ। ਉਹ ਵੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸ਼ੁਰੂ ਤੋਂ ਇਹ ਅਪਰੋਚ ਰਹੀ ਹੈ ਕਿ ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਵਾਸਤੇ ਸਲੋਗਨ ਤਾਂ ਇਹ ਦਿਓ ਕਿ ਭਾਈਚਾਰਕ ਏਕਾ ਕਾਇਮ ਰੱਖਣਾ ਸਿੱਖਾਂ ਦਾ ਤੇ ਹਿੰਦੂਆਂ ਦਾ, ਅਸੀਂ ਇਹਨਾਂ ਦੇ ਨਾਲ ਤਾਂ ਸਮਝੌਤਾ ਕੀਤਾ ਹੈ। ਅਸਲ ਦੇ ਵਿੱਚ ਉਹ ਹੁੰਦਾ ਇਹ ਹੈ ਕਿ ਆਪਾਂ ਸੱਤਾ ਕਿਵੇਂ ਮੰਨਣੀ ਹੈ, ਕਿਉਂਕਿ ਜੇ ਆਪਾਂ ਪੁਰਾਣੀ ਜਨਸੰਘ ਨੂੰ ਦੇਖੀਏ, ਬੀਜੇਪੀ ਦਾ ਪਹਿਲਾ ਰੂਪ ਜਦੋਂ ਪੰਜਾਬੀ ਸੂਬਾ ਬਣਨਾ ਸੀ, ਪੰਜਾਬੀ ਸੂਬਾ ਬਣਾਉਣ ਵਾਸਤੇ ਜਿਹੜੇ ਅਕਾਲੀ ਆ ਪੰਜਾਬੀ ਸੂਬੇ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਹੁੰਦੇ ਸੀ ਤੇ ਇਹ ਵਿਰੋਧ ਵਿੱਚ ਕਰਦੇ ਹੁੰਦੇ ਸੀ ਜੀ। ਅਕਾਲੀ ਲੀਡਰ ਵੱਡੇ ਵੱਡੇ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਹੋਰੀ ਜਦੋਂ ਭੁੱਖ ਹੜਤਾਲਾਂ ਤੇ ਮਰਨ ਵਰਤਾਂ ਤੇ ਬਹਿੰਦੇ ਹੁੰਦੇ ਸੀ, ਉਦੋਂ ਜਨਸੰਘੀ ਤੇ ਇਹਨਾਂ ਦੇ ਹਮੇਤੀ ਇਹ ਕੰਮ ਕਰਦੇ ਹੁੰਦੇ ਸੀ ਜੀ। ਪੰਜਾਬੀ ਬੋਲੀ ਦੀ ਜਦੋਂ ਮਰਦਮਸ਼ੁਮਾਰੀ ਹੋਈ ਹੈ ਕਿ ਤੁਸੀਂ ਪੰਜਾਬੀ ਬੋਲਦੇ ਹੋ ਕੋਈ ਕੀ ਬੋਲਦੇ ਹੋ, ਉਦੋਂ ਇਹਨਾਂ ਨੇ, ਇਹਨਾਂ ਲੋਕਾਂ ਨੇ ਜਿਨ੍ਹਾਂ ਦੇ ਅਖਬਾਰ ਵੀ ਸੀ, ਇਹਨਾਂ ਨੇ ਸੱਦਾ ਦਿੱਤਾ ਸੀ ਕਿ ਤੁਸੀਂ ਪੰਜਾਬੀ ਬੋਲੀ ਨਾ ਕਹੋ, ਤੁਸੀਂ ਕਹੋ ਜੀ ਅਸੀਂ ਤਾਂ ਹਿੰਦੀ ਬੋਲਦੇ। ਉਹ ਘਰਾਂ ਦੇ ਵਿੱਚ ਜਾ ਕੇ ਜਦੋਂ ਮਰਦਮਸ਼ੁਮਾਰੀ ਵਾਲੇ ਪੁੱਛਦੇ ਸੀ ਜਵਾਬ ਤੁਸੀਂ ਕੀ ਬੋਲਦੇ ਹੋ, ਜਵਾਬ ਪੰਜਾਬੀ ਚ ਦਿੰਦੇ ਹੁੰਦੇ ਸੀ ਜੀ ਅਸੀਂ ਤਾਂ ਹਿੰਦੀ ਬੋਲਦੇ ਆ, ਤੇ ਲਿਖਾਉਂਦੇ ਹਿੰਦੀ ਹੁੰਦੇ ਸੀ। ਲੇਕਿਨ ਸੱਤਾ ਦੀ ਸਾਂਝ ਦੀ ਖਾਤਰ, ਸੱਤਾ ਹਾਸਲ ਕਰਨ ਦੀ ਖਾਤਰ ਜਿਹੜੇ ਇੰਨੇ ਨੇੜੇ ਹੋ ਗਏ, ਫਿਰ ਉਹਨਾਂ ਨੇ ਆਪਣੀਆਂ ਜਿਹੜੀਆਂ ਸਰਕਾਰਾਂ ਵੀ ਬਣਾਈਆਂ, ਸਰਕਾਰਾਂ ਹੰਡਾਈਆਂ। ਹੁਣ ਹਾਲਾਤ ਇਹ ਹੈ ਕਿ ਜਿਹੜੀ ਨਰਿੰਦਰ ਮੋਦੀ ਸਾਹਿਬ ਨੇ ਪੰਜਾਬ ਦੀ ਤੇ ਭਾਰਤ ਦੀ ਕਿਸਾਨੀ ਦੇ ਉੱਤੇ ਇੱਕ ਕਹਿਰ ਵਰਤਾਇਆ ਜੀ, ਨਵੇਂ ਉਹ ਖੇਤੀ ਕਾਨੂੰਨ ਲੈ ਕੇ ਆਏ ਹੈ। ਇਹਨਾਂ ਕਾਨੂੰਨਾਂ ਦੀ ਵਜ੍ਹਾ ਕਾਰਨ ਪੰਜਾਬ, ਹਰਿਆਣਾ, ਉੱਤਰੀ ਭਾਰਤ ਦਾ ਕਾਫੀ ਵੱਡਾ ਹਿੱਸਾ ਜੀ ਉਹ ਇਸ ਵੇਲੇ ਉਬਾਲੇ ਖਾ ਰਿਹਾ, ਉਬਲ ਰਿਹਾ। ਔਰ ਕਿਸਾਨ ਭਾਈਚਾਰੇ ਦਾ ਜਿਹੜਾ ਗੁੱਸਾ ਹੈ ਜੀ, ਉਹਨਾਂ ਦਾ ਜਿਹੜਾ ਰੋਹ ਹੈ, ਉਹਨੂੰ ਭਾਪਦਿਆਂ ਜਿਹੜਾ ਅਕਾਲੀ ਦਲ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਕਰੀਬ ਹੁੰਦਾ ਸੀ ਔਰ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਵੀ ਕਰਦਾ ਹੁੰਦਾ ਸੀ ਜੀ, ਉਹਨੂੰ ਸੱਤਾ ਤੋਂ ਬਾਹਰ ਹੋਣਾ ਪੈ ਗਿਆ, ਅਸਤੀਫਾ ਵੀ ਦੇਣਾ ਪੈ ਗਿਆ ਕੇਂਦਰੀ ਵਜ਼ਾਰਤ ਚੋਂ, ਐਨਡੀਏ ਚੋਂ ਵੀ ਬਾਹਰ ਆ ਗਈ ਔਰ ਹੁਣ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਲਾਉਣਾ ਚਾਹੁੰਦੀ ਹੈ ਜੀ। ਲੇਕਿਨ ਹਾਲਾਤ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਪਦੇ ਲੀਡਰ ਹੈ, ਕੱਲਾ ਕੱਲਾ ਕਰਕੇ ਉਹ ਵੀ ਕਿਰਦੇ ਜਾਂਦੇ ਹੈ ਜੀ। ਅੱਜ ਤੁਸੀਂ ਅਖਬਾਰਾਂ ਚ ਖਬਰਾਂ ਪੜ੍ਹ ਲਈਆਂ ਹੋਣੀਆਂ ਕਿ ਜਿਸ ਨੂੰ ਗਊ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਇਆ ਸੀ ਕੀਮਤੀ ਲਾਲ ਜੀ, ਉਹ ਕੀਮਤੀ ਲਾਲ ਵੀ ਜਿਹੜਾ ਹੈਗਾ ਉਹਨੇ ਵੀ ਜਿਹੜੀ ਉਹ ਗਊ ਕਮਿਸ਼ਨ ਦਾ ਚੇਅਰ ਲਾਉਣ ਦੀ ਕੀਮਤ ਤਾਰਤੀ ਹੈ ਜੀ, ਉਹਨੂੰ ਵੀ ਅਸਤੀਫਾ ਦੇਤਾ, ਅਸਤੀਫਾ ਦੇਤਾ ਬੀਜੇਪੀ ਚ ਅਕਾਲੀ ਦਲ ਜੁਆਇਨ ਕਰ ਰਹੇ ਜੀ।
ਜਿਵੇਂ ਜਿਵੇਂ ਮਾਲਵਿੰਦਰ ਸਿੰਘ ਕੰਗ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਤੋਂ ਅਸਤੀਫਾ ਦੇ ਗਿਆ ਸੀ, ਕੁਝ ਹੋਰਾਂ ਨੇ ਵੀ ਅਸਤੀਫੇ ਦਿੱਤੇ ਹੈ। ਜਿਹੜਾ ਆਧਾਰ ਹੈ ਉਹ ਲਗਾਤਾਰ ਖੁਰਦਾ ਜਾਂਦਾ, ਖੁਰਦੇ ਆਧਾਰ ਨੂੰ ਬਚਾਉਣ ਵਾਸਤੇ ਫਿਰ ਕੁਛ ਨਾ ਕੁਛ ਬੰਦੇ ਨੂੰ ਪ੍ਰਬੰਧ ਕਰਨਾ ਪੈਂਦਾ। ਪਹਿਲਾਂ ਤਾਂ ਡਿਊਟੀ ਇਹ ਲਾਈ ਸੀ ਕਿ ਤੁਸੀਂ ਜਾਓ ਤੇ ਜਾ ਕੇ ਕਿਸਾਨਾਂ ਨੂੰ ਸਮਝਾਓ, ਉਹਨਾਂ ਨੂੰ ਸਮਝਾਓ, ਕਿਸਾਨਾਂ ਨੂੰ ਕਨਵਿੰਸ ਕਰੋ ਕਿ ਇਹ ਕਾਨੂੰਨ ਤੁਹਾਡੇ ਵਾਸਤੇ ਚੰਗੇ ਆਏ ਹੈ। ਲੇਕਿਨ ਜਿੱਥੇ ਕਿਤੇ ਵੀ ਉਹ ਜਾਂਦੇ ਸੀ ਉੱਥੇ ਕਿਸਾਨ ਅੱਗੋਂ ਜਿਹੜੇ ਹੈਗੇ ਉਹਨਾਂ ਨੂੰ ਟੰਬੇ ਚੱਕ ਕੇ ਪੈ ਜਾਂਦੇ ਸੀ। ਜਿਹੜਾ ਹਾਲਾਤ ਇੱਥੋਂ ਤੱਕ ਹੋ ਗਈ ਕਿ ਉਹਨਾਂ ਦਾ ਸਮਾਜ ਦੇ ਵਿੱਚ ਵਿਚਰਨਾ ਵੀ ਮੁਸ਼ਕਲ ਹੋ ਗਿਆ, ਉਹਨਾਂ ਨੂੰ ਕਿਤੇ ਗਮੀ ਸ਼ਾਦੀ ਤੇ ਵੀ ਜਾਣ ਨਹੀਂ ਦਿੱਤੇ ਜਾਂਦੇ ਸੀ। ਵਿਜੇ ਸਾਪਲਾ ਆਪਣੇ ਸਾਹਮਣੇ ਮਿਸਾਲ ਹੈ ਕਿ ਉਹ ਜਿੱਥੇ ਵੀ ਕਿਤੇ ਗਏ ਤੇ ਰਾਹ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ। ਇਹੀ ਹਾਲਤ ਇਹਨਾਂ ਦੀ ਬਣੀ ਸੀ। ਫਿਰ ਇਹਨਾਂ ਨੇ ਕਿਹਾ ਵੀ ਹੁਣ ਕਰੀਏ ਕੀ, ਇਹ ਸੰਕਟ ਦੇ ਵਿੱਚੋਂ ਕਿਵੇਂ ਨਿਕਲ ਗਏ। ਤਾਂ ਸੰਕਟ ਦੇ ਵਿੱਚੋਂ ਨਿਕਲਣ ਵਾਸਤੇ ਫਿਰ ਦੁਆਬੇ ਦੇ ਜਿਹੜੇ ਦਲਿਤ ਭਾਈਚਾਰੇ ਦੇ ਲੀਡਰ ਹੈ ਔਰ ਉਹ ਭਾਰਤੀ ਜਨਤਾ ਪਾਰਟੀ ਦੇ ਸ਼ਾਮਲ ਹੈ, ਉਹਨਾਂ ਦੀ ਡਿਊਟੀ ਲਾਈ ਗਈ ਕਿ ਆਪਾਂ ਕੁਛ ਕਰੀਏ। ਹੁਣ ਕਿਸਾਨੀ ਦੇ ਗੱਲ ਦੇ ਵਿੱਚ ਪੁੱਠਾ ਦਿੱਤਾ ਹੈ, ਕਹਿੰਦੇ ਦਲਿਤਾਂ ਨੂੰ ਅਸੀਂ ਬਚਾਉਣ ਚੱਲੇ ਹਾਂ। ਜੀ ਕਹਿੰਦੇ ਇਨਸਾਫ਼ ਯਾਤਰਾ ਕੱਢਣੀ ਸੀ ਅਸੀਂ, ਉਹ ਇਨਸਾਫ਼ ਯਾਤਰਾ ਕਿੱਥੋਂ ਕੱਢਣੀ ਸੀ? ਜਲੰਧਰ ਤੋਂ ਸ਼ੁਰੂ ਕਰਕੇ ਮੁੱਖ ਮੰਤਰੀ ਦੇ ਘਰ ਤੱਕ। ਔਰ ਉਹਦਾ ਏਜੰਡਾ ਕੀ ਹੈ? ਏਜੰਡਾ ਇਹ ਹੈ ਕਿ ਜਿਹੜੀ ਉਹ ਵਜ਼ੀਫੇ ਦਾ ਰੌਲਾ ਚੱਲਦਾ ਵਾਲਾ, ਕਿ ਉਹ ਵਜ਼ੀਫੇ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਦਲਿਤ ਭਾਈਚਾਰੇ ਨੂੰ ਇਨਸਾਫ਼ ਦਿੱਤਾ ਜਾਵੇ। ਇਹਦੇ ਵਾਸਤੇ ਇਹਨਾਂ ਨੇ ਜਲੰਧਰ ਦੇ ਵਿੱਚ ਕੱਲ ਰੈਲੀ ਕੱਢਣ ਦਾ ਯਤਨ ਕੀਤਾ ਸੀ, ਯਾਤਰਾ ਕੱਢਣ ਦਾ ਯਤਨ ਕੀਤਾ ਸੀ। ਉਸ ਯਾਤਰਾ ਨੂੰ ਝੰਡੀ ਦਿਖਾਉਣ ਵਾਸਤੇ ਅਸ਼ਵਨੀ ਸ਼ਰਮਾ ਜਿਹੜੇ ਇਹਨਾਂ ਦੇ ਸਟੇਟ ਪ੍ਰੈਜੀਡੈਂਟ ਹੈ ਉਹ ਆਏ ਸੀ, ਵਿਜੇ ਸਾਂਪਲਾ ਔਰ ਜਿਹੜੇ ਹੈਗੇ ਆਪਣੇ ਸੋਮ ਪ੍ਰਕਾਸ਼ ਹੋਰੀ ਉਹ ਵੀ ਉਹਦੇ ਵਿੱਚ ਸੀ। ਲੇਕਿਨ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਆਪਣੇ ਘੇਰੇ ਚ ਲੈ ਲਿਆ। ਪੁਲਿਸ ਵਾਲਿਆਂ ਨੇ ਕਹਿ ਦਿੱਤਾ ਜੀ ਲਾ ਐਂਡ ਆਰਡਰ ਦਾ ਮਾਮਲਾ ਹੈ, ਤੁਸੀਂ ਇਹ ਰੈਲੀ ਨਹੀਂ ਕਰ ਸਕਦੇ। ਉਹ ਫੇਰਾ ਪਿੱਟੇ ਕਿ ਡੈਮੋਕਰੇਟਿਕ ਰਾਈਟ ਹੈ ਸਾਡਾ, ਜੇ ਦੂਜੇ ਧਰਨੇ ਲਾ ਸਕਦੇ ਲਾ ਸਕਦੇ ਹਾਂ। ਪਰ ਉਹਨਾਂ ਨੇ ਨਾਲ ਸਮਝਾਤਾ, ਉਹ ਕਹਿੰਦੇ ਜੀ ਕਿਸਾਨ ਥਾਂ ਥਾਂ ਤੇ ਬੈਠੇ ਹੈ, ਜਦੋਂ ਤੁਸੀਂ ਉਹਨਾਂ ਦੇ ਕੋਲ ਦੀ ਲੱਗੋਗੇ ਉਹਨਾਂ ਨੂੰ ਉਤੇਜਿਤ ਕਰੋਗੇ ਫਿਰ ਕਿਸਾਨ ਹੈ ਜਿਹੜੇ ਉਹ ਵੀ ਅੱਗੇ ਤੁਹਾਡੇ ਗੱਲ ਪੈ ਸਕਦੇ ਹੈ। ਔਰ ਉਹਨਾਂ ਨੇ ਮਿਸਾਲ ਵੀ ਦਿੱਤੀ ਕਿ ਪਹਿਲਾਂ ਕੁਛ ਦਿਨ ਪਹਿਲਾਂ ਜੋ ਕੁਛ ਹੋਇਆ ਹੈ ਅਸ਼ਵਨੀ ਸ਼ਰਮਾ ਨਾਲ ਸਭ ਦੇ ਸਾਹਮਣੇ, ਤੇ ਫਿਰ ਕਹੋਗੇ ਵੀ ਇਹ ਕਾਂਗਰਸ ਵਾਲਿਆਂ ਨੇ ਕਰਤਾ, ਬਿਹਤਰ ਇਹ ਹੈ ਕਿ ਤੁਸੀਂ ਜਾਓ ਜਾਵੜੋ। ਲੀਡਰਾਂ ਨੂੰ ਉਹਨਾਂ ਨੇ ਬੱਸਾਂ ਚ ਬਹਾਇਆ, ਲੀਡਰਾਂ ਨੂੰ ਬਹਾ ਕੇ ਸਰਕਟ ਹਾਊਸ ਚ ਲੈ ਗਏ, ਉੱਥੇ ਲਿਜਾ ਕੇ ਕੁਛ ਸਮਾਂ ਰੱਖਿਆ ਤੇ ਉਹਨਾਂ ਨੂੰ ਛੱਡਤਾ। ਬਾਕੀ ਨੂੰ ਕਹਿੰਦਾ ਤੁਸੀਂ ਆਪੋ ਆਪਣੇ ਘਰੋਂ ਘਰੀ ਜਾਓ। ਪਰ ਜੇ ਆਪਾਂ ਦੂਜੇ ਪਾਸੇ ਦੇਖੀਏ ਤੇ ਨਾਲ ਹੀ ਨਕੋਦਰ ਦੇ ਵਿੱਚ ਜਿੱਥੇ ਕਿਸਾਨ ਬੈਠੇ ਸੀ ਉੱਥੇ ਜੀ ਪਹੁੰਚ ਗਏ ਇਹਨਾਂ ਦੇ ਵਰਕਰ ਬੀਜੇਪੀ ਦੇ, ਤੇ ਉਹਨਾਂ ਨੇ ਜਾ ਕੇ ਅੰਬੇਦਕਰ, ਬਾਬਾ ਅੰਬੇਦਕਰ, ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਤ ਹੈ ਉਹਦੇ ਝੰਡੇ ਲਾਉਣ ਦਾ ਯਤਨ ਕੀਤਾ। ਲੇਕਿਨ ਕਿਸਾਨਾਂ ਨੇ ਕਿਹਾ ਵੀ ਨਾ, ਅਸੀਂ ਝੰਡੇ ਚੋਂ ਡਿੜੀ ਲਾਉਣ ਦਿੰਦੇ, ਜਾਓ ਆਪਣੇ ਘਰਾਂ ਨੂੰ ਜਾਓ। ਉਹ ਬੜਾ ਉਤਸ਼ਾਹੀ ਸੀ, ਕਹਿੰਦੇ ਜੀ ਨਹੀਂ ਮੈਂ ਤਾਂ ਝੰਡਾ ਲਾਊਂਗਾ ਹੀ। ਤੇ ਕਿਸਾਨ ਫਿਰ ਦੁਆਲੇ ਹੋ ਗਏ, ਉੱਥੇ ਧੂਕੜੀ ਸੋਈ, ਥੱਪੜੋ ਥੱਪੜੀ ਹੋਏ। ਇਹਨਾਂ ਦੀ ਪ੍ਰਧਾਨ ਹੈ ਬੀਬੀ ਪੂਨਮ, ਉਹ ਪੂਨਮ ਮਾਨਕ ਹੈ ਸ਼ਾਇਦ ਉਹਦਾ ਨਾਮ, ਬੀਜੇਪੀ ਦੀ ਸਟੇਟ ਜ਼ਿਲ੍ਹਾ ਪ੍ਰਧਾਨ ਹੈ। ਉਹ ਆ ਗਏ, ਕੁਝ ਹੋਰ ਲੋਕ ਆ ਗਏ, ਧੂਕੜੀ ਸੁਣਦੇ ਚ ਕੁਝ ਜ਼ਖਮੀ ਵੀ ਹੋ ਗਏ। ਔਰ ਫਿਰ ਕੰਟਰੋਲ ਕਰਨ ਵਾਸਤੇ ਦੋਨਾਂ ਧਿਰਾਂ ਨੂੰ ਪੁਲਿਸ ਨੂੰ ਡੱਡਾ ਚਾਰਜ ਵੀ ਕਰਨਾ ਪਿਆ। ਉਹ ਆਪਾਂ ਕਹਿ ਸਕਦੇ ਹਾਂ, ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਇਹਨਾਂ ਨੂੰ ਨਾ ਰੋਕਿਆ ਜਾਂਦਾ ਤਾਂ ਫਿਰ ਇਹ ਯਕੀਨਨ ਸੀ ਕਿ ਉੱਥੇ ਜਾ ਕੇ ਜਿਹੜਾ ਰਸਤੇ ਦੇ ਵਿੱਚ ਟਕਰਾਅ ਵਾਲੀ ਸਥਿਤੀ ਤਾਂ ਪੂਰੀ ਬਣ ਗਈ ਸੀ। ਟਕਰਾਅ ਵਾਲੀ ਬਣ ਗਈ ਸੀ। ਸੋ ਪੁਲਿਸ ਨੇ ਕਹਿਤਾ ਵੀ ਭਾਈ ਆਪਣੇ ਘਰੇ ਹੀ ਰਹੋ। ਜਿਵੇਂ ਮਾਝੇ ਵਾਲੇ ਕਹਿੰਦੇ ਹੁੰਦੇ ਆ ਵੀ ਯਾਤਰਾ ਸ਼ੁਰੂ ਕਰਨੀ ਸੀ ਪਰ ਸ਼ੁਰੂ ਕਰਨ ਤੋਂ ਪਹਿਲਾਂ ਯਾਤਰਾ ਜਿਹੜੀ ਉਹ ਡੱਕ। ਜੀ ਚਲੋ, ਬੱਚਤ ਹੋ ਗਈ ਜੀ, ਲੜਾਈ ਪੜਾਈ ਤੋਂ ਬਚ ਗਏ। ਬਿਲਕੁਲ, ਰੌਲਾ ਤਾਂ ਰਾਜਨੀਤੀ ਹੈ ਨਾ ਜੀ, ਪਤਾ ਨੀ ਹੁੰਦਾ ਹੀ ਰੌਲਾ ਰਾਜਨੀਤੀ ਦਾ ਜੀ। ਬਿਲਕੁਲ, ਲੋਕ ਤਸਵੀਰਾਂ ਦੇ ਰਹੇ, ਕਹਿੰਦੇ ਦਲਿਤਾਂ ਦਾ ਚੱਲੇ ਸੀਗੇ, ਦਲਿਤਾਂ ਇਨਸਾਫ਼ ਪਾਰਟੀ ਕੱਢ ਕਹਿੰਦੇ ਕਰੋੜਾਂ ਦੀ ਗੱਡੀ ਚ ਰਹੇ ਸੀ। ਨਹੀਂ ਗੱਡੀਆਂ ਤਾਂ ਕਿਉਂਕਿ ਭਾਵੇਂ ਦਲਿਤ ਲੀਡਰ ਹੋਣ, ਕਿਸਾਨ ਲੀਡਰ ਹੋਣ, ਜਿਹੜੇ ਜਿਹੜੇ ਸੱਤਾਧਾਰੀ ਪਾਰਟੀਆਂ ਨਾਲ ਲੜੇ ਹੁੰਦੇ ਆਪਣੇ ਆਪ ਨੂੰ ਤਾਂ ਕਿਸਾਨ ਹੀ ਕਹਿੰਦੇ ਹੁੰਦੇ। ਹਾਂਜੀ ਹਾਂਜੀ, ਲੇਕਿਨ ਇਹ ਤਾਂ ਅਮਲ ਦੇ ਵਿੱਚ ਪਤਾ ਹੁੰਦਾ ਨਾ ਵੀ ਕਿਸਾਨ ਹੈ ਕਿ ਕੀ ਹੈ। ਹਾਂਜੀ ਹਾਂਜੀ, ਇਹ ਤਾਂ ਗੱਡੀਆਂ ਤੋਂ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਹੈਗਾ ਕਿੰਨੇ ਤਿਉੜੀਆਂ ਦਿਖਾਤੀਆਂ ਚੀਫ ਜਸਟਿਸ ਆਫ ਇੰਡੀਆ ਬਾਰੇ, ਫਿਰ ਤਿੱਖਿਆ ਟਵੀਟ ਕਰ ਦਿੱਤਾ। ਦੇਖੋ, ਪੰਜਾਬੀ ਦਾ ਬਹੁਤ ਵੱਡਾ ਕਵੀ ਆਇਆ, ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਹੋਇਆ ਜੀ, ਜਿਹਨੂੰ ਵਾਰਿਸ ਸ਼ਾਹ ਕਹਿੰਦੇ ਹੈ। ਵਾਰਿਸ ਸ਼ਾਹ ਨੇ ਇੱਕ ਲਿਖਿਆ ਕਵਿਤਾ ਆਪਦੀ ਜਿਹੜੀ ਉਹਦੇ ਚ ਹੀਰ ਦੇ ਵਿੱਚ ਲਿਖਿਆ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਕੱਟਗੀਆਂ ਪੂਰੀਆਂ ਪੂਰੀਆਂ ਜੀ। ਹੁਣ ਇਹ ਜਿਹੜੀਆਂ ਆਦਤਾਂ ਹੁੰਦੀਆਂ ਬੰਦੇ ਦੀ, ਜਿਹੜੀ ਇੱਕ ਮਾਨਸਿਕ ਡਿਵੈਲਪਮੈਂਟ ਹੋਈ ਹੁੰਦੀ ਹੈ, ਜਿਹੜੀ ਮਾਨਸਿਕਤਾ ਬਣੀ ਹੁੰਦੀ ਹੈ ਛੇਤੀ ਕੀਤੇ ਮਾਨਸਿਕਤਾ ਜਿਹੜੀ ਤਬਦੀਲ ਨਹੀਂ ਹੁੰਦੀ।
खास करके जो बंदा मतलब घोलां दे विचों संघर्षां दे विचों चंगे माड़े समय दे विचों दी लंघदा हो। प्रशांत भूषण एक वकील जी, प्रशांत भूषण एक एक्टिविस्ट भी है, प्रशांत भूषण एक समाज सुधारक भी है, प्रशांत भूषण सिस्टम तो दुखी बंदियां दा प्रतिनिध भी है। प्रतिनिध ना तो कदे एमपी बने ते ना कदे वो एमएलए बने, लेकिन प्रतिनिधि है कि वो उन्हां दे दुख सुख नूं महसूस करदा है। हां जी। और वो दुख सुख दा हिस्सेदार भी बनदा है, चाहे तुहाडा जदों 2015 दे विच माफी आई सी चिट्टी मक्खी, उन्होंने भी उन्होंने किसान के हक में हादसा नारा मारिया, जो किसान खुदकुशियां अचानक वाधा हो गया सी, उदो भी उन्हें आके लोगों की गलबात सुनी सी, जो बरगाड़ी वाला मामला होया उदो भी जिन्नी को मदद कर सकता सी उन्हें लोगों की कीती। वो बंदा टिके नहीं बैठ सकता, प्रैक्टिस तो करता जरूर है, चलो आपका लंगर पानी वास्ते कुछ पैसे चाहिए होंगे है कि राशन पानी आ जाए, लेकिन ज्यादातर काम उस समाज सेवा का ही करता है जी। और वह तो बाप दो अजिहे शख्स है, वह सगो जिस धिर के नाल हुंदे उस धिर नूं कई बार आपके कोलों मदद भी दिंदे है। आपां नूं याद है कि जदों आम आदमी पार्टी बनी है, आम आदमी पार्टी नूं पैसे की लोड़ सी, उदों प्रशांत भूषण के बाप शांति भूषण ने जिहड़े देश के कानून मंत्री रहे है, जिन्हां नूं यह मान प्राप्त है कि उन्होंने इंदिरा गांधी की इलेक्शन पटीशन जित के इंदिरा गांधी नूं जिहड़ा हैगा एमरजेंसी लाने लई मजबूर कर दिता सी, ते उसे एमरजेंसी दे चलदे फिर बाद विच इंदिरा गांधी नूं बेआबरू होके सत्ता चो बेदखल होना पिया सी, उहदा सिरा भी जिहड़ा हैगा भूषण परिवार नूं जांदा है जी। उस समय दे विच प्रशांत भूषण दे खिलाफ काफी नाराजगी जाहिर कीती सी जुडिशरी दे एक हिस्से ने, जिहड़ी बंदा जुडिशरी नूं बदनाम करदा है, बदनामी काहदी, क्योंकि उन्हें कह दिता सी कि जे पिछले समय दे विच जिहड़े चीफ जस्टिस ऑफ इंडिया रहे है उन्हां दा लेखा जेखा करिए तां 50% ओह है जिन्हां दे उत्ते कोई ना कोई फेवर लैण दा इल्जाम लगदा है जी। उन्हें कहा सी कि यह भी भ्रिष्टाचार दी जद विच आउंदा है, वह भ्रिष्टाचार दे दोषां तों बच नहीं सकदे, यह गल की सी। फिर जिहड़े साडे चीफ जस्टिस साहब बोबड़े साहब लाकडाउन दे दौरान जदों एक महंगे हारले मोटरसाइकिल दे उत्ते बैठे सी, इन्हां ने मास्क वगैरा नहीं सी लाया, उदों भी उन्होंने तिखा ट्वीट किया सी, ते इहनूं भी मान हानि दे केस वजों लै लिया सी कि तू अदालत दी हद तक कीती है जी। पहले केस दे विच जिहड़े जजां नूं करप्ट कहण वाली गल कही सी, उहदे विच उहनूं 1 रुपया जुर्माना करके ते दागी करार दे दित्ता है, और नाल ही जिहड़े बीजेपी दे विचारधारा वाले लोग है उह हुण इह डिमांड करन लगे है कि जिहड़ी सुप्रीम कोर्ट दी बार एसोसीएशन है, दिल्ली दी बार एसोसीएशन है, उहनूं चाहीदा कि उह प्रशांत भूषण दे उत्ते प्रैक्टिस करन उत्ते पाबंदी लावे, लेकिन उह बेफिक्र बंदा उहदा कुछ भी करो मैनूं कोई इस गल दी है नहीं, उहदा लड़ी जांदा है। उन्होंने एक होर ट्वीट किया है, वह ट्वीट भी काफी जिहड़ा हैगा मैनू तो चंगा लगे है, लेकिन मेरा ख्याल है भी जिन्हां दे नाल संबंधित ट्वीट है उन्होंने वो जरूर चुभिया होना है। वह ट्वीट की कहता, वह ट्वीट कहता है कि जिहड़े साडे भारत दे चीफ जस्टिस है मिस्टर एएस बोबड़े जी, एएस बोबड़े ने मध्य प्रदेश दे विच जां किते कोई होर कोई कान्हा नैशनल पार्क है वह देखण जाणा सीगा, उस नैशनल पार्क विखे पहुंचन लई महा जिहड़े मध्य प्रदेश के मुख्यमंत्री अपने शिवराज सिंह चौहान, हां जी हां जी, उन्होंने सरकारी चौपर जिहड़ा उह उन्हां दे सपुरद करता जी, क्या लो जी हैलीकाप्टर ते तुसीं जाओ, ते उह हैलीकाप्टर ते गए, फिर वह अपने घर आए जी। इहदा जिहड़ा हैगा प्रशांत भूषण ने नोट्स लिया, उन्हें कहा कि हैलीकाप्टर जिहड़ा इह सरकारी है, सरकारी कम्मां ते लियासते है जी, ते मुख्यमंत्री वास्ते जां जे बहुत लोड पै जे किते कोई ज्यादा आफत आई होवे उस वेले मुख्यमंत्री किसी वजीर नूं ऑथोराइज कर सकता है और वह भी जा सकता है जी। लेकिन आपां तां अजे तक देखिया नहीं कि कदे जज्जां नूं भी हैलीकाप्टर मुहैया करवाए होण, जिलें च करवाए है ते ना स्टेटां दे विच करवाए है, बिल्कुल जी। इह पहला मौका जदों मतलब उन्होंने कहा कि जज साहब नूं हैलीकाप्टर मुहैया करवाया गया, नाल ही उन्हें गल जोड़ी है कि इह कहड़ी सरकार ने करवाया, उह सरकार जिहदा मुकदमा पहला ही चीफ जस्टिस ऑफ इंडिया की अदालत सामने पेंडिंग पे है, सुप्रीम कोर्ट पेंडिंग पे है, वह मुकदमा की है, मुकदमा यह है कि जिहड़ी कमलनाथ की सरकार तोड़न वास्ते बीजेपी ने जिहड़ी डिफेक्शन करवाई सी कांग्रेस पार्टी दे विच, यहां तो बाद एमएलए उन्होंने तोड़ के जिहड़े हैगे उन्होंने इस्तीफे दवा दिते सी, सीटा खाली करवा के मनोरिटी वाली सरकार जिहड़ी पार्टी है मजोरिटी च आ गई, और कांग्रेस पार्टी जिहड़ी मजोरिटी दे विच सी वह सत्ता तों बाहर हो गई,
ਤੇ ਬੀਜੇਪੀ ਜਿਹੜੀ ਹੈਗੀ ਆ ਸੱਤਾ ਤੇ ਕਾਮਯਾਬ ਜਿਹੜੀ ਹੈਗੀ ਆ ਕਾਮਯਾਬੀ ਨਾਲ ਪਕੜ ਬਣਾਉਣ ਸਫਲ ਹੋਊਗੀ। ਹੁਣ ਉਹਦੇ ਤੇ ਅੱਗੇ ਕਾਂਗਰਸ ਪਾਰਟੀ ਨੇ ਚੁਣੌਤੀ ਦਿੱਤੀ ਹੋਈ ਹੈ ਉਸ ਦਲ ਬਦਲੀ ਨੂੰ, ਇਹ ਦਲ ਬਦਲੀ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤੇ ਦਲ ਬਦਲੀ ਦਾ ਕੇਸ ਜੇ ਸੁਪਰੀਮ ਕੋਰਟ ਕੋਲੇ ਹੈ ਜਿਹਦੇ ਜਸਟਿਸ ਚੀਫ਼ ਜਿਹੜੇ ਹੈਗੇ ਹੈ ਬੋਬੜੇ ਸਾਹਿਬ ਹੈ ਤਾਂ ਜ਼ਰੂਰ ਫਿਰ ਉੱਥੋਂ ਇਨਸਾਫ਼ ਤਾਂ ਹੋਣਾ ਨੀ। ਹਾਂ ਬਿਲਕੁਲ, ਇਹ ਮੇਰਾ ਮੰਨਣਾ ਕਿ ਫਿਰ ਇਨਸਾਫ਼ ਹੋਊਗਾ ਤਾਂ ਹੋਊਗਾ ਕਿਵੇਂ, ਜਦੋਂ ਅਸੀਂ ਸਰਕਾਰ ਤੋਂ ਫੇਵਰ ਲੈ ਰਹੇ ਹਾਂ ਤਾਂ ਸਰਕਾਰ ਦੇ ਖਿਲਾਫ਼ ਫਿਰ ਚੱਲਾਂਗੇ ਕਿਵੇਂ। ਇਹਨਾਂ ਨੇ ਕਰ ਦਿੱਤਾ ਹੈ, ਲੋਕ ਝਟਕਾਰੇ ਲੈ ਰਹੇ ਹੈ ਲੇਕਿਨ ਅਜੇ ਤੱਕ ਇਸ ਟਵੀਟ ਦੇ ਉੱਤੇ ਕਿਸੇ ਵੀ ਪਾਸਿਓ, ਨਾ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓ, ਨਾ ਮੱਧ ਪ੍ਰਦੇਸ਼ ਦੀ ਸਰਕਾਰ ਵਾਲੇ ਪਾਸਿਓ ਤੇ ਨਾ ਹੀ ਬੋਬੜੇ ਸਾਹਿਬ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਰਮ ਦਿੱਤੇ ਨਹੀਂ ਆਇਆ। ਸੋ ਦੇਖੋ ਜੀ, ਪਰ ਗੱਲ ਇਹ ਹੈ ਕਿ ਪ੍ਰਸ਼ਾਂਤ ਭੂਸ਼ਣ ਪਹਾੜਾ ਤਾਂ ਪੜਾ ਕੇ ਹੀ ਹਟਣਗੇ, ਜੇ ਆਈ ਲੱਗੇ ਰਹੇ ਦੋ ਚਾਰ ਹੋਰ ਵੀ ਨਾਲ ਜੁੜ ਗਏ ਤਾਂ ਜੁਡੀਸ਼ਰੀ ਨੂੰ ਸਿੱਧੇ ਰਾਹ ਤਾਂ ਆਉਣਾ ਹੀ ਪਊ ਜੀ। ਨਹੀਂ ਦੇਖੋ, ਬੰਦਾ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਮੈਂ ਜੋ ਕੁਛ ਕਰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਕਰਦਾ, ਮੈਂ ਕਿਸੇ ਦਾ ਨਾ ਹਟਾਇਆ ਹਟਦਾ ਤੇ ਨਾ ਮੈਂ ਕਿਸੇ ਦਾ ਲਾਇਆ ਲੱਗਦਾ, ਮੈਂ ਉਹ ਕਰਦਾ ਜੋ ਮੇਰੀ ਜ਼ਮੀਰ ਕਹਿ ਰਹੀ ਹੈ। ਆਪਦੀ ਜ਼ਮੀਰ ਮੁਤਾਬਕ ਬੰਦਾ ਕਰਨ ਵਾਲਾ ਬੰਦਾ ਤੇ ਉਹ ਤਾਂ ਫਿਰ ਕੁਦਰਤੀ ਤੌਰ ਦੇ ਉੱਤੇ ਉਹਨੂੰ ਕਾਬੂ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ। ਔਰ ਕਿਉਂਕਿ ਇੱਕ ਗੱਲ ਜਿਹੜੀ ਹੈ ਨਾ, ਪ੍ਰਸ਼ਾਂਤ ਭੂਸ਼ਣ ਦੀ ਸਾਫ਼ ਗੱਲ ਹੈ ਜੀ, ਉਹਨੇ ਪਹਿਲਾਂ ਵੀ ਕਿਹਾ ਸੀਗਾ ਤੇ ਜਦੋਂ ਪੰਜਾਬ ਆਇਆ ਉਦੋਂ ਵੀ ਉਹਨੇ ਕਿਹਾ ਸੀ ਕਿ ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਹੈ ਜਦੋਂ ਦੇਸ਼ ਦੇ ਨਾਗਰਿਕ ਡਰ ਜਾਣ। ਬਿਲਕੁਲ ਬਿਲਕੁਲ, ਜਦੋਂ ਬੰਦੇ ਦਾ ਡਰ ਚੱਕਿਆ ਜਾਵੇ ਉਹ ਤੋਂ ਬਾਅਦ ਉਹਨੂੰ ਤੁਸੀਂ ਜੋ ਮਰਜ਼ੀ ਹੈ ਭਾਵੇਂ ਟੁਕੜੇ ਕਰਦੇ ਹੋ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹੁਣ ਉਹਨਾਂ ਨੇ ਇਹ ਗੱਲ ਕੀਤੀ ਸੀ, ਪਹਿਲੀ ਗੱਲ ਤਾਂ ਕਿ ਜਿਹੜੇ ਵਕੀਲ ਭਾਈਚਾਰਾ ਡਰਦਾ ਸੀ ਪ੍ਰਸ਼ਾਂਤ ਭੂਸ਼ਣ ਦੇ ਪਹਿਲੇ ਟਵੀਟਾਂ ਦੀ ਵਜ੍ਹਾ ਕਾਰਨ ਉਹਨਾਂ ਦਾ ਡਰ ਕਿਸੇ ਹੱਦ ਤੱਕ ਚੁੱਕਿਆ ਗਿਆ ਜੀ। ਔਰ ਜਿਹੜਾ ਕਿਸਾਨ ਅੰਦੋਲਨ ਚੱਲਦਾ ਹੈ, ਇਸ ਕਿਸਾਨ ਅੰਦੋਲਨ ਨੇ ਉਹਨਾਂ ਸਾਰਿਆਂ ਲੋਕਾਂ ਨੂੰ ਬੋਲਣ ਲਾਤਾ ਜਿਹੜੇ ਪਹਿਲਾਂ ਸਾਹ ਵੀ ਨਹੀਂ ਲੈਣਾ ਚਾਹੁੰਦੇ ਸੀ, ਜੇ ਵੀ ਉੱਚਾ ਸਾਹ ਲੈ ਲਿਆ ਤਾਂ ਸਰਕਾਰ ਕਿਤੇ ਫੜ ਕੇ ਅੰਦਰ ਨਾ ਕਰ ਦੇਵੇ। ਸੋ ਜਿਹੜਾ ਬੇਡਰ ਬੰਦਾ ਹੋਵੇ, ਬੇਖੌਫ ਬੰਦਾ ਹੋਵੇ, ਉਹ ਇਹੋ ਜਿਹੇ ਫੈਸਲੇ ਲੈ ਸਕਦਾ ਹੈ ਔਰ ਜਿਹੜੇ ਇਹਨਾਂ ਲਏ ਹੋਏ ਫੈਸਲਿਆਂ ਦੇ ਜਿਹੜੇ ਹੈ ਨਤੀਜੇ ਭੁਗਤਣ ਲਈ ਵੀ ਉਹ ਮਾਨਸਿਕ ਤੌਰ ਤੇ ਤਿਆਰ ਹੁੰਦਾ ਹੈ ਔਰ ਉਹਨੂੰ ਕੋਈ ਕੁਛ ਕਹਿੰਦਾ ਵੀ ਨਹੀਂ। ਜਿਹੜੇ ਲੋਕ ਮਾਨਸਿਕ ਤੌਰ ਦੇ ਉੱਤੇ ਅਜਿਹੀਆਂ ਸਜ਼ਾਵਾਂ ਲੈਣ ਨੂੰ ਤਿਆਰ ਹੋਣ ਉਹਨਾਂ ਦਾ ਫਿਰ ਕੋਈ ਵਾਲ ਵੀ ਵਿੰਗ ਨਹੀਂ ਕਰ ਸਕਦਾ ਜੀ। ਧੰਨਵਾਦ ਜੀ ਤੁਹਾਡਾ, ਦਿਲੋਂ ਸਭ ਬਹੁਤ ਬਹੁਤ ਮਿਹਰਬਾਨੀ। ਸੋ ਇਹ ਸਨ ਸਰਦਾਰ ਬਖਤੌਰ ਸਿੰਘ ਤੇ ਲੋਹਰੀ ਤੇ ਹੁਣ ਵਪਾਰਕ ਸੰਦੇਸ਼ ਤੇ ਫਿਰ ਸਰਦਾਰ ਜਸਵੀਰ ਸਿੰਘ ਪਟੇਲ। GT15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. We trust you. ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ, ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ, ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ, ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟ੍ਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟ੍ਰੈਵਲ ਸੈਂਟਰ, 14814 ਐਲੋਮ ਸਟ੍ਰੀਟ, ਲੋਸਟ ਹਿਲਸ। ਫੋਨ ਨੰਬਰ 6167972-2354।
ਰਾਣਾ ਸ਼ੂਗਰ ਲਿਮਿਟਡ ਮੋਟਰ ਸਿਵੀ ਅੰਮ੍ਰਿਤਸਰ ਦਾ ਵੱਡਾ ਦਾਵਾ, ਚੁਕੰਦਰ ਦੀ ਖੇਤੀ ਕਰੋ, ਕਣਕ ਨਾਲੋਂ ਵੱਧ ਮੁਨਾਫਾ ਕਮਾਓ। ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ ਤੇ ਜਿਸ ਜਗ੍ਹਾ ਤੇ ਚੁਕੰਦਰ ਦੀ ਖੇਤੀ ਹੁੰਦੀ ਹੈ ਉਸ ਦੀ ਉਪਜਾਊ ਸ਼ਕਤੀ ਵੱਧਦੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸੁਖਚੈਨ ਸਿੰਘ ਹੋਰਾਂ ਨਾਲ 9888997609 98 88 99 76 09। ਚੁਕੰਦਰ ਦੀ ਖੇਤੀ ਕਰੋ, ਵੱਧ ਆਮਦਨ। ਰਾਣਾ ਸ਼ੂਗਰਸ ਲਿਮਿਟਡ ਬੁੱਟਰ ਸੀਵੀਆਂ ਅੰਮ੍ਰਿਤਸਰ। ਟ੍ਰੈਂਚ ਵਿਧੀ ਨਾਲ ਗੰਨੇ ਦੀ ਬਿਜਾਈ ਕਰੋ। ਅੱਸੂ ਮਹੀਨੇ ਦੇ ਵਿਚ ਟ੍ਰੈਂਚ ਵਿਧੀ ਨਾਲ ਗੰਨਾ ਬੀਜ ਕੇ ਤੁਸੀਂ ਜ਼ਿਆਦਾ ਝਾੜ ਲੈ ਸਕਦੇ ਹੋ ਤੇ ਇਸ ਵਿਚ ਰਲਵੀਆਂ ਫਸਲਾਂ ਬੀਜ ਕੇ ਆਮਦਨ ਚ ਚੋਖਾ ਵਾਧਾ ਕਰ ਸਕਦੇ ਹੋ। ਰਾਣਾ ਸ਼ੂਗਰ ਮਿੱਲ ਤੁਹਾਨੂੰ ਦਵਾਈਆਂ ਅਤੇ ਸੰਦ ਤੇ ਢੁਕਵੀਂ ਸਬਸਿਡੀ ਵੀ ਦਿੰਦੀ ਹੈ ਤੇ ਗੰਨੇ ਦੀ ਜਾਣਕਾਰੀ ਲਈ ਸੰਪਰਕ ਕਰੋ ਮਨਦੀਪ ਸਿੰਘ ਹੋਰਾਂ ਨਾਲ 80 54 01 82 83 8054018281। ਅੱਸੂ ਮਹੀਨੇ ਦੀ ਗੰਨੇ ਦੀ ਬਿਜਾਈ ਵਧੇਰੇ ਆਮਦਨ ਦਿੰਦੀ ਹੈ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, ਦੋ ਪਰੌਂਠੇ ਸਿਰਫ 4.99 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615 8858 6018 885 88 58। ਐਡਰੈਸ 2201 ਸਾਊਥ ਯੂਨੀਅਨ ਐਵੀਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਜੇਬੀ ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੇਟ ਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ, ਇਹ ਇੰਜਨ, ਟਰੱਕ, ਟ੍ਰੇਲਰ, ਏਸੀ, ਇਲੈਕਟ੍ਰੀਕਲ, ਡੀਪੀਐਫ, ਡੀਈਐਫ ਰਿਪੇਅਰ ਕਰਦੇ ਹਨ, ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, ਸਰਟੀਫਾਈਡ 90 ਡੇ ਡੀਓਟੀ ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇੰਸਪੈਕਸ਼ਨ ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰਸ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ